ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਮਾਰਕੀਟ ਕਮੇਟੀ ਗਰਾਇਆਂ ਦੇ ਚੇਅਰਮੈਨ ਦਾਰਾ ਸਿੰਘ ਰਾਏ ਅਤੇ ਵਾਈਸ ਚੇਅਰਮੈਨ ਰਾਮ ਲਵਾਇਆ ਵੱਲੋਂ ਦਾਣਾ ਮੰਡੀ ਗਰਾਇਆਂ 'ਚ ਕਣਕ ਦੇ ਖਰੀਦ ਪ੍ਰਬੰਧਾਂ ਅਤੇ ਕਣਕ ਤੋਲਣ ਵਾਲੇ ਕੰਡਿਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਬੋਲਦਿਆਂ ਚੇਅਰਮੈਨ ਦਾਰਾ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਫਸਲ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ 'ਚ ਕਣਕ ਦੀ ਫਸਲ ਲਿਆਉਣ ਸੰਬੰਧੀ ਆਨਲਾਈਨ ਪਾਸ ਕੱਢੇ ਜਾਂਦੇ ਹਨ। ਜਿਹੜੇ ਕਿਸਾਨਾਂ ਨੂੰ ਆੜ੍ਹਤੀਆਂ ਵੱਲੋਂ ਪਾਸ ਦਿੱਤੇ ਜਾਂਦੇ ਹਨ ਉਹੀ ਕਿਸਾਨ ਕਣਕ ਨੂੰ ਮੰਡੀ ਵਿੱਚ ਲੈ ਕੇ ਆਉਣ। ਉਹਨਾਂ ਅੱਗੇ ਕਿਹਾ ਕਿ ਮੰਡੀ ਅੰਦਰ ਕੰਮ ਕਰਨ ਵਾਲੀ ਲੇਬਰ ਵੀ ਮੂੰਹ ਤੇ ਮਾਸਕ ਪਾ ਕੇ ਕੰਮ ਕਰੇ ਤਾਂ ਜੋ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਉਹਨਾਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਮੰਡੀ ਅੰਦਰੋਂ ਕਣਕ ਦੀ ਜਲਦੀ ਲਿਫਟਿੰਗ ਕਰਵਾਉਣ ਦੇ ਵੀ ਆਦੇਸ਼ ਦਿੱਤੇ। ਇਸ ਮੌਕੇ ਮਾਰਕੀਟ ਕਮੇਟੀ ਦੇ ਮੈਂਬਰ ਜਸਵੰਤ ਰਾਏ ਪੰਮਾ, ਮੈਂਬਰ ਜਸਪ੍ਰੀਤ ਮਾਨਕੂ, ਸੁਖਵੀਰ ਸਿੰਘ, ਕੌਸ਼ਲ ਅੱਬੀ, ਮਨਦੀਪ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਹਾਜ਼ਰ ਸਨ। ਅੱਜ ਮਾਰਕੀਟ ਕਮੇਟੀ ਦੀ ਕਿਰਾਇਆ ਮੰਡੀ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਆੜ੍ਹਤੀਆਂ ਦੇ ਕੰਡੇ ਵੀ ਚੈੱਕ ਕੀਤੇ ਗਏ ਕਿੰਨਾ ਤੋਲਦੇ ਆ। ਅਤੇ ਬਾਕੀ ਕਿਸਾਨਾਂ ਨੂੰ ਮੈਂ ਭਰੋਸਾ ਦਵਾਉਂਦਾ ਕਿ ਹਰ ਕਿਸਾਨ ਦੀ ਸਾਰੀ ਕਣਕ ਚੱਕੀ ਜਾਵੇਗੀ, ਕੋਈ ਕਾਹਲੀ ਕਰਨ ਦੀ ਜ਼ਰੂਰਤ ਨਹੀਂ। ਤਕਰੀਬਨ ਸਾਡੇ ਇੱਥੇ 4 ਲੱਖ ਬੋਰਾ ਆਉਂਦਾ, ਜਿਹਦੇ ਵਿੱਚੋਂ 1,26,000 ਬੋਰਾ ਚੱਕ ਲਿਆ, ਤੋਂ ਭਰਾਈ ਹੋ ਚੁੱਕੀ ਆ। ਤਕਰੀਬਨ 34,000 ਪੂਰੀ ਜਿਹੜੀ ਇੱਥੋਂ ਲਿਫਟਿੰਗ ਵੀ ਹੋ ਚੁੱਕੀ ਹੈ, ਕਿਉਂਕਿ ਲਿਫਟਿੰਗ ਵੀ ਹੋਣੀ ਬਹੁਤ ਜ਼ਰੂਰੀ ਆ। ਇਹਨਾਂ ਲਿਫਟ ਜਿੱਦਾਂ ਜਿੱਦਾਂ ਲਿਫਟਿੰਗ ਹੁੰਦੀ ਹੈ ਉਦਾਂ ਉਦਾਂ ਜੇ ਕਿਸਾਨਾਂ ਤੋਂ ਕਣਕ ਮੰਗਵਾ ਕੇ ਜਿਹੜੀ ਚੱਕੀ ਆ, ਕਿਉਂਕਿ ਕਰੋਨਾ ਦੀ ਮਹਾਂਮਾਰੀ ਚੱਲਦੀ ਹੈ, ਇਸ ਲਈ ਅਸੀਂ ਬਹੁਤਾ ਰਸ਼ ਵੀ ਨਹੀਂ ਪਾ ਸਕਦੇ ਮੰਡੀ ਦੇ ਵਿੱਚ, ਇਸ ਕਿਉਂਕਿ ਜ਼ਿਆਦਾ ਰਸ਼ ਪਊਗਾ, ਜ਼ਿਆਦਾ ਕਿਸਾਨ ਇਕੱਠੇ ਹੋਣਗੇ, ਲੇਬਰ ਵੀ ਇਕੱਠੀ ਹੋ ਕੇ ਕੋਈ ਕੰਮ ਕਰੂਗੀ, ਉਸ ਨਾਲ ਬਹੁਤ ਸੋਸ਼ਲ ਡਿਸਟੈਂਸ ਨਹੀਂ ਰਹੂਗਾ। ਇਸ ਕਰਕੇ ਥੋੜ੍ਹੀ ਥੋੜ੍ਹੀ ਕਣਕ ਮੰਗਾ, ਇੰਨੀ ਥੋੜ੍ਹੀ ਵੀ ਨਹੀਂ ਹੈ ਵੀ ਅਸੀਂ ਕਾਫੀ ਹੱਦ ਤੱਕ ਅਸੀਂ 30% ਕਣਕ ਚੱਕ ਲਈ ਆ, ਥੋੜ੍ਹੇ ਦਿਨ ਹੋ ਜਾਏ। ਮੈਂ ਕਿਸਾਨ ਭਰੋਸਾ ਦਵਾਉਂਦਾ ਕਿ ਸਾਡਾ ਸਾਥ ਦਿਓ, ਤੁਹਾਡਾ ਦਾਣਾ ਦਾਣਾ ਕਣਕ ਦਾ ਚੱਕੇ।